ਜੀ ਕਮਲਪ੍ਰੀਤ ਸਿੰਘ ਮੇਰਾ ਭਤੀਜਾ ਜੀ, ਇੱਕ ਮਹੀਨਾ ਪਹਿਲਾਂ ਡਬਈ ਤੋਂ ਆਇਆ ਜੀ। ਡਬਈ ਸੀਗਾ ਟਰਾਲਾ ਚਲਾਉਂਦਾ, ਇਹਦਾ ਵਿਆਹ ਸੀਗਾ 7 ਜਨਵਰੀ ਉਹਨਾਂ ਦਾ ਵਿਆਹ ਹੋਇਆ ਸਿਮਰਨਜੀਤ ਪ੍ਰੀਤ ਕੌਰ ਲੜਕੀ ਦੇ ਨਾਲ। ਤਿੰਨ ਦਿਨ ਹੋ ਰਹੀ ਹੈ ਸਾਡੇ ਕੋਲ ਇੱਥੇ ਜੀ, ਦੋ ਦਿਨ 7, 8 ਅਤੇ 9। ਅਤੇ ਉਸ ਦਾ ਕੋਈ ਜਿੱਦਾਂ ਪਹਿਲਾਂ ਕੋਈ ਸੰਬੰਧ ਸੀਗੇ ਪਹਿਲਾਂ ਵਿਆਹ ਤੋਂ ਲੜਕਿਆਂ ਦੇ ਨਾਲ, ਉਸ ਕਰਕੇ ਉਸ ਜੋ ਸਾਡੇ ਮੁੰਡੇ ਨੂੰ ਪਤਾ ਲੱਗਾ ਜੀ, ਉਹ ਬਹੁਤ ਟੈਨਸ਼ਨ 'ਚ ਆਇਆ। ਉਸਨੇ ਆਪਣੀ ਸੱਸ ਨੂੰ ਦੱਸਿਆ, ਸੱਸ ਨੇ ਉਹਨਾਂ ਨੇ ਗਲਤ ਨਹੀਂ ਸਮਝਿਆ ਗੱਲ ਕਿ ਉਹ ਆਪਣੀ ਨਾਲ ਲੈ ਗਏ ਲੜਕੀ ਨੂੰ। ਵਿਆਹ ਸੀ 7-1 ਵਜੇ ਨੂੰ ਉਹਦਾ ਵਿਆਹ ਮੈਰਿਜ ਹੋਈ ਸੀ, ਅਤੇ ਉਹਦੀ ਵਾਈਫ ਦੇ ਕਿਸੇ ਜਿਸੇ ਨਾਮ ਦੇ ਮੁੰਡਾ ਬਰਜੋਤ ਸਿੰਘ ਵਾਲੇ ਦਾ ਉਹਦੇ ਨਾਲ ਉਹਦੇ ਰਿਲੇਸ਼ਨ ਸੀ, ਉਹਨੇ ਕਿਤੇ ਉਹਨਾਂ ਦੀਆਂ ਫੋਟੋਆਂ ਵੇਖ ਲਈਆਂ ਜਾਂ ਉਹਨੂੰ ਸ਼ੱਕ ਹੋ ਗਿਆ, ਇਸ ਕਰਕੇ ਉਹਨੇ ਮਤਲਬ ਆਪਦੀ ਦਵਾਈ ਪੀ ਕੇ ਜੀਵਨ ਲੀਲਾ ਖਤਮ ਕਰ ਲਈ। ਮੋਗਾ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ, ਜਿੱਥੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਨੌਜਵਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ। ਜ਼ਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦਾ ਵਿਆਹ 7 ਜਨਵਰੀ ਨੂੰ ਹੋਇਆ ਸੀ ਅਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਨੂੰ ਆਪਣੀ ਪਤਨੀ ਦੇ ਨਾਜਾਇਜ਼ ਸੰਬੰਧਾਂ ਬਾਰੇ ਪਤਾ ਲੱਗ ਗਿਆ ਸੀ, ਜਿਸ ਕਾਰਨ ਉਸ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਲਈ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਕਮਲਜੀਤ ਸਿੰਘ 1 ਮਹੀਨਾ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਮਲਪ੍ਰੀਤ ਸਿੰਘ ਮੇਰਾ ਭਤੀਜਾ ਜੀ, 1 ਮਹੀਨਾ ਪਹਿਲਾਂ ਡਬਈ ਤੋਂ ਆਇਆ ਜੀ। ਡਬਈ ਸੀਗਾ ਟਰਾਲਾ ਚਲਾਉਂਦਾ, ਇਹਦਾ ਵਿਆਹ ਸੀਗਾ 7 ਜਨਵਰੀ ਉਹਨਾਂ ਦਾ ਵਿਆਹ ਹੋਇਆ ਸਿਮਰਨਜੀਤ ਪ੍ਰੀਤ ਕੌਰ ਲੜਕੀ ਦੇ ਨਾਲ। ਅਤੇ ਉਸ 3 ਦਿਨ ਹੋ ਰਹੀ ਹੈ ਸਾਡੇ ਕੋਲ ਇੱਥੇ ਜੀ, ਦੋ ਦਿਨ 7, 8 ਅਤੇ 9। ਅਤੇ ਉਸ ਦਾ ਕੋਈ ਜਿੱਦਾਂ ਪਹਿਲਾਂ ਕੋਈ ਸੰਬੰਧ ਸੀਗੇ ਪਹਿਲਾਂ ਵਿਆਹ ਤੋਂ ਲੜਕਿਆਂ ਦੇ ਨਾਲ, ਉਸ ਕਰਕੇ ਉਸ ਜੋ ਸਾਡੇ ਮੁੰਡੇ ਨੂੰ ਪਤਾ ਲੱਗਾ ਜੀ, ਉਹ ਬਹੁਤ ਟੈਨਸ਼ਨ 'ਚ ਆਇਆ। ਉਸਨੇ ਆਪਣੀ ਸੱਸ ਨੂੰ ਦੱਸਿਆ, ਸੱਸ ਨੇ ਉਹਨਾਂ ਨੇ ਗਲਤ ਨਹੀਂ ਸਮਝਿਆ ਗੱਲ ਕਿ ਉਹ ਆਪਣੀ ਨਾਲ ਲੈ ਗਏ ਲੜਕੀ ਨੂੰ। ਉਹ ਟੈਨਸ਼ਨ ਦੇ ਵਿੱਚ 18 ਤਰੀਕ ਨੂੰ ਗਿਆ ਆਪਦੇ ਸਹੁਰਿਆਂ ਦੇ ਪਿੰਡ, ਜਾ ਕੇ ਉਹਨਾਂ ਨੂੰ ਕਿਹਾ ਕਿ ਇਹਨੂੰ ਸਿਮਰਨ ਨੂੰ ਮੇਰੇ ਨਾਲ ਤੋਰੋ, ਪਰ ਉਹਨਾਂ ਨਹੀਂ ਤੋਰਿਆ। ਉਹਨੇ ਕਿਹਾ ਕਿ ਮੈਂ ਕੁਛ ਖਾ ਕੇ ਮਰ ਜਾਣਾ। ਉਹਨੇ ਖਾ ਕੇ ਤੂੰ ਸੱਸ ਕਹਿੰਦੀ ਕਿ ਤੂੰ ਖਾ ਕੇ ਨਹੀਂ ਮਰ ਸਕਦਾ। ਉਹ 18 ਨੂੰ ਆਇਆ ਜੀ, ਆਣ ਕੇ ਇੰਨੇ ਉਦਾਸ ਸੀਗਾ, 19 ਨੂੰ ਉਹਨੇ ਤਲਵਾਸ ਦੀਆਂ ਗੋਲੀਆਂ ਖਾ ਲਈਆਂ ਜੀ। ਕਿਹੜਾ ਪਿੰਡ ਜੀ, ਕਿੱਥੇ ਵਿਆਹ ਸੀਗਾ ਮੁੰਡਾ? ਪਿੰਡ ਜੀ ਬੁਰਜ ਵਿਆਹ ਸੀ, ਤਰਨ ਪੱਟੀ ਦੇ ਲਾਗੇ। ਮੁੰਡੇ ਦਾ ਕਿਹੜਾ ਪਿੰਡ ਜੀ? ਮੁੰਡੇ ਦਾ ਪਿੰਡ ਮੰਦਰ ਆ ਜੀ, ਜਿਹੜਾ ਮੋਗਾ ਜੀ। ਹਾਂਜੀ, ਮੰਦਰ ਪਿੰਡ। ਗੁਰਪਾਲ ਸਿੰਘ ਆ ਜੀ। ਗੁਰਪਾਲ ਸਿੰਘ, ਦਿਓ ਜਾਣਕਾਰੀ, ਜਿਹੜਾ ਮਾਮਲਾ ਸਾਹਮਣੇ ਆਇਆ, ਕੀ ਗੱਲ ਕੋਈ? ਉਹ ਇਸ ਤਰ੍ਹਾਂ ਵਾ, ਕਮਲਪ੍ਰੀਤ ਸਿੰਘ ਸੀ ਮੁੰਡਾ ਮੰਦਰਾਂ ਦਾ ਜੀ, ਅਤੇ ਬੁਰਜ ਰਾਏ ਕਿ ਉਹ ਵਿਆਹ ਸੀ 7-1 ਵਜੇ ਨੂੰ ਉਹਦਾ ਵਿਆਹ ਮੈਰਿਜ ਹੋਈ ਸੀ, ਅਤੇ ਉਹਦੀ ਵਾਈਫ ਦੇ ਕਿਸੇ ਜਿਸੇ ਨਾਮ ਦੇ ਮੁੰਡਾ ਬਰਜੋਤ ਸਿੰਘ ਵਾਲੇ ਦਾ ਉਹਦੇ ਨਾਲ ਉਹਦੇ ਰਿਲੇਸ਼ਨ ਸੀ, ਉਹਨੇ ਕਿਤੇ ਉਹਨਾਂ ਦੀਆਂ ਫੋਟੋਆਂ ਵੇਖ ਲਈਆਂ ਜਾਂ ਉਹਨੂੰ ਸ਼ੱਕ ਹੋ ਗਿਆ, ਇਸ ਕਰਕੇ ਉਹਨੇ ਮਤਲਬ ਆਪਦੀ ਦਵਾਈ ਪੀ ਕੇ ਜੀਵਨ ਲੀਲਾ ਖਤਮ ਕਰ ਲਈ। ਮ੍ਰਿਤਕ ਨੌਜਵਾਨ ਦੀ ਕਿੰਨੀ ਉਮਰ ਹੈ ਜੀ? 29 ਸਾਲ। 29 ਸਾਲ। ਕਿਹੜਾ ਪਿੰਡ ਹੈ? ਪਿੰਡ ਮੰਦਰ ਜੀ। ਕਿੱਥੇ ਵਿਆਹ ਸੀਗੇ? ਬੁਰਜ ਪੱਟੀ, ਰਾਏ ਕੇ ਬੁਰਜ ਪੱਟੀ 'ਚ, ਡਿਸਟ੍ਰਿਕਟ ਤਰਨ ਤਾਰਨ 'ਚ। ਤੁਸੀਂ ਮਾਮਲਾ ਕਿਹਦੇ ਬਿਆਨਾਂ ਦੇ ਆਧਾਰ ਤੇ ਕਰ ਰਹੇ ਹੋ? ਇਹ ਮੁੰਡੇ ਦੇ ਚਾਚਾ ਜਸਵੀਰ ਸਿੰਗ ਦੇ, ਗੁਰਜੀਤ ਸਿੰਘ ਦੇ। ਗੁਰਜੀਤ ਸਿੰਘ ਪੁੱਤ ਸਵਰਨ ਸਿੰਘ। ਲੜਕਾ ਕਿਹੜੀ ਕਾਰਵਾਈ ਕਰ ਰਹੇ ਹੋ ਜੀ? 29 ਸਾਲ ਦਾ। ਉਹ ਪਰਚਾ ਦਰਜ ਕਰਤਾ ਜੀ 306-34 IPC ਤਹਿਤ। ਮੋਗਾ ਤੋਂ ਚਮਕੌਰ ਲੋਪੋ ਅਤੇ ਕੁਲਦੀਪ ਘੋਲੀਆ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਦਾ ਸਾਰੀ ਦੁਨੀਆ ਲਈ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੇ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ। ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਸਰਦਾਰ ਧਰਮਿੰਦਰਜੀਤ ਸਿੰਘ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।